ਮੈਡਮ ਮੈਂ ਖੁਲਾਸਾ ਉਦੋਂ ਆਇਆ ਜਦੋਂ ਮੇਰੀ ਬੱਚੀ ਸਕੂਲ ਤੋਂ ਆਉਂਦੀ ਸੀ ਥੱਪੜ ਮਾਰ ਕੇ ਉਹਨੂੰ ਬਾਹਰ ਕੱਢ ਦਿੰਦੀ ਸੀਗੀ। ਉਦੋਂ ਮੇਰੀ ਬੇਟੀ ਨੇ ਦੱਸਿਆ ਪਾਪਾ ਇਹ ਮੈਨੂੰ ਥੱਪੜ ਮਾਰ ਕੇ ਬਾਹਰ ਕੱਢ ਦਿੰਦੀ ਹੈ। ਉਹਦਾ ਕਹਿਣਾ ਹੈ ਪਾਪਾ ਮੰਮਾ ਵਾਪਸ ਆ ਜੂਗੀ, ਛੱਡ ਦਿਓ। ਫਿਰ ਕਦ ਤੱਕ ਇਹ ਚੱਲੇਗਾ ਕਿ ਵੀ ਇੱਕ ਔਰਤ ਆਪਣੇ ਔਰਤ ਹੋਣ ਦਾ ਫਾਇਦਾ ਚੱਕੇਗੀ ਅਤੇ ਸ਼ਰੇਆਮ ਇਹ ਰਿਸ਼ਤੇ ਤਾਰ ਤਾਰ ਹੁੰਦੇ ਰਹਿਣਗੇ। ਮੈਂ ਆਪਣੀ ਮਾਸੂਮ ਜੀ ਬੱਚੀ ਲੈ ਕੇ ਥਾਣੇ ਕਚਹਿਰੀ ਦੌੜਦਾ ਰਿਹਾ ਮੈਡਮ। ਉਹਨਾਂ ਨੂੰ ਜਨਮ ਦਿੱਤਾ ਕਿ ਅੱਜ ਉਹ ਮਾਂ ਆਪਣੀ ਬੇਟੀ ਭੁੱਲ ਚੁੱਕੀ ਹੈ। ਆਖਿਰ ਆਪਣੀ ਭੈਣ ਦੇ ਵਿੱਚ ਇਹ ਨਹੀਂ ਦੇਖਿਆ ਕਿ ਹਾਂ ਮੇਰੀ ਸਿਸਟਰ ਲੱਗਦੀ ਹੈ ਅਤੇ ਮੈਂ ਤੁਹਾਨੂੰ ਮੈਰਿਜ ਕਰਾ ਰਿਹਾ ਵਾਂ ਜਾਂ ਨਜਾਇਜ਼ ਸੰਮਤ ਮਨਾ ਰਿਹਾ ਵਾਂ। ਆਪਣੇ ਵੀਰ ਨਾਲ ਰਹਿ ਰਹੀ ਹੈ, ਸ਼ਰੇਆਮ ਨਾਲ ਵਿਆਹ ਕਰਾ ਕੇ ਰਹਿ ਰਹੀ ਹੈ, ਕੀ ਹੈ ਰਿਸ਼ਤਾ, ਜਾਇਜ਼ ਹੈ? ਭੈਣ ਭਰਾ ਦਾ ਵਿਆਹ ਕਿੱਥੇ ਹੁੰਦਾ ਮੈਨੂੰ ਦੱਸ ਦਿਓ। ਪਰ ਮੈਡਮ ਪਤਾ ਨਹੀਂ ਉਹ ਕੈਸਾ ਐਪ ਲੋਡ ਕਰਦੀ ਹੈ ਜਾਂ ਕੀ ਕਰਦੀ ਹੈ ਜਿਹਦੇ ਵਿੱਚ ਮੈਡਮ ਸਾਰੀ ਫੋਟੋਜ਼ ਰੀਕਵਰ ਹੋ ਜਾਂਦੀਆਂ। ਯੈਸ ਮੈਮ, ਮੇਰੇ ਕੋਲ ਪਰੂਫ ਹੈ, ਆਈ ਵਿਲ ਸ਼ੋਅ ਯੂ। ਮੈਂ ਦਿਖਾ ਸਕਦਾ, ਮੇਰੇ ਫੋਨ ਦੇ ਵਿੱਚ ਨੇ। ਇਹ ਨਹੀਂ ਮੈਂ ਕਹਿ ਸਕਦਾ, ਬਟ ਮੇਰੇ ਸਿਗਨੇਚਰ ਕਿਤੇ ਨਹੀਂ। ਮੈਂ ਇਹਨਾਂ ਨੂੰ ਤਲਾਕ ਨਾ ਦਿੱਤਾ ਵਾ, ਨਾ ਮੈਂ ਦਊਂਗਾ। ਹਲੇ ਮੈਂ ਇੱਥੇ ਤੱਕ ਪਹੁੰਚਿਆ ਵਾਂ, ਕਹਾਂ ਮੈਂ ਹੋਰ ਅੱਗੇ ਜਾਵਾਂਗਾ। ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀਆਂ ਆਖਿਰਕਾਰ ਕਈ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ। ਇਹ ਕਹਾਣੀਆਂ ਜਿੱਥੇ ਰਿਸ਼ਤਿਆਂ ਨੂੰ ਦਾਗਦਾਰ ਕਰਦੀਆਂ ਨੇ, ਉੱਥੇ ਰਿਸ਼ਤਿਆਂ ਦੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰਦੀਆਂ ਨੇ। ਅਤੇ ਅਜਿਹੀ ਇੱਕ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਦਰਅਸਲ ਇੱਕ ਵਿਅਕਤੀ ਜੋ ਕਿ ਯੂਪੀ ਤੋਂ ਬਿਲੋਂਗ ਕਰ ਰਿਹਾ ਪਰ ਪਿਛਲੇ 25 ਸਾਲਾਂ ਤੋਂ ਪੰਜਾਬ ਦਾ ਵਸਨੀਕ ਹੈ, ਲੁਧਿਆਣੇ ਦਾ ਵਸਨੀਕ ਹੈ, ਉਸ ਦੇ ਨਾਲ ਇੱਕ ਅਜਿਹਾ ਕਾਰਾ ਹੋਇਆ ਜਿਸ ਨੂੰ ਸੁਣ ਕੇ ਤੁਸੀਂ ਖੁਦ ਬਖੁਦ ਹੈਰਾਨ ਰਹਿ ਜਾਓਗੇ। ਆਪਣੀ ਹੱਡਬੀਤੀ ਖੁਦ ਬਿਆਨ ਕਰੇਗਾ ਵਿਵੇਕ, ਗੱਲਬਾਤ ਕਰਦਿਆਂ ਜੀ ਇਸ ਦੇ ਨਾਲ। ਸਤਿ ਸ਼੍ਰੀ ਅਕਾਲ ਵਿਵੇਕ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਵਿਵੇਕ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਕਹਾਣੀ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਗੁਹਾਰ ਲਗਾਈ ਲੁਧਿਆਣਾ ਲਾਈਵ ਦੀ ਟੀਮ ਨੂੰ ਕਿ ਮੇਰੀ ਹੱਡ ਬੀਤੀ ਹੈ ਜਿਹੜੀ ਕਿ ਸੁਣੀ ਜਾਵੇ, ਮੇਰੇ ਨਾਲ ਬਹੁਤ ਮਾੜਾ ਹੋਇਆ, ਕੀ ਹੋਇਆ ਤੁਹਾਡੇ ਨਾਲ? ਮੈਡਮ ਮੈਂ ਇੱਥੇ ਹੀ ਪੜ੍ਹਦਾ ਸੀਗਾ, ਆਈ ਬਿਲੋਂਗ ਟੂ ਯੂਪੀ ਫੋਮ ਬਾਂਦਾ ਨੀਅਰ ਬਾਈ ਇਲਾਹਾਬਾਦ। ਐਂਡ ਮੈਡਮ ਮੈਂ ਇੱਥੇ ਹੀ ਪੜ੍ਹਦਾ ਹੁੰਦਾ ਸੀਗਾ ਅਤੇ ਮਾਈ ਨੀਅਰੈਸਟ ਮਿਸ ਐਂਡ ਮਾਈ ਮਦਰ ਇਨ ਲਾਅ ਮਿਸ ਅਤਰੀ ਐਂਡ ਸ਼ੀ ਇਜ਼ ਲਿਵਿੰਗ ਫੋਰ ਉੱਥੇ ਰਹਿੰਦੇ ਨੇ ਅਤੇ ਇਹਨਾਂ ਨੇ ਮੈਨੂੰ ਕੁਛ ਸਾਲ ਪਹਿਲਾਂ 2010 ਦੇ ਵਿੱਚ ਕਿਹਾ ਸੀਗਾ ਕਿ ਵੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਵਾ ਅਤੇ ਮੈਂ ਬਿਲਕੁਲ ਇਕੱਲੀ ਹਾਂ, ਜਿਹਦੇ ਪਰੂਫ ਅੱਜ ਵੀ ਮੇਰੇ ਫੋਨ ਦੇ ਵਿੱਚ ਪਏ ਹੋਏ ਨੇ, ਇਹਨਾਂ ਦੀ ਲਿਖਤੀ ਵੀ ਪਈ ਹੋਈ ਆ ਮੇਰੇ ਕੋਲ ਅਤੇ ਮੈਂ ਸ਼ਰੇਆਮ ਕਿੰਨਾ ਵਾਂ। ਇੱਕ ਮਿੰਟ ਵਿਵੇਕ ਜੀ, ਤੁਹਾਡੀ ਸਾਰੀ ਕਹਾਣੀ ਸੁਣਦੇ ਹਾਂ। ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਲਜ਼ਾਮ ਲਗਾ ਰਹੇ ਹੋ ਉਹ ਸੋਨੀਆ 'ਤੇ ਲਗਾ ਰਹੇ ਹੋ, ਸੋਨੀਆ ਕੌਣ ਹੈ? ਸੋਨੀਆ ਇਜ਼ ਮਾਈ ਵਾਈਫ ਜੀ। ਮੈਂ ਸ਼ਰੇਆਮ ਕਹਿੰਦਾ ਮੀਡੀਆ ਅੱਗੇ ਕਿ ਵੀ ਸੋਨੀਆ ਮੇਰੀ ਵਾਈਫ ਹੈ, ਬਟ ਉਹਨੂੰ ਭੜਕਾਇਆ ਗਿਆ ਜਾਂ ਕੁਛ ਵੀ ਕੀਤਾ ਗਿਆ, ਆਈ ਡੋਂਟ ਦਿਸ ਕਿ ਉਹ ਅੱਜ ਆਪਣੀ ਇੱਕ 10 ਸਾਲ ਦੀ ਬੱਚੀ ਨਹੀਂ ਦੇਖ ਰਹੀ ਹੈ ਜਿਹਦਾ ਨਾਮ ਮਨੂ ਸੈਣੀ ਹੈ, ਜਿਹਨੂੰ ਉਹਨੇ ਖੁਦ ਜਨਮ ਦਿੱਤਾ 2010 ਦੇ ਵਿੱਚ ਮੋਤੀ ਨਗਰ ਦੇ ਵਿੱਚ ਹੋਸਪਿਟਲ, ਰਾਜ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਜਨਮ ਦਿੱਤਾ, ਕਿ ਅੱਜ ਉਹ ਮਾਂ ਆਪਣੀ ਬੇਟੀ ਭੁੱਲ ਚੁੱਕੀ ਹੈ। ਕੀ ਹੋਇਆ ਕਿ ਤੁਹਾਡੇ ਨਾਲ ਵਿਵੇਕ, ਕਿਉਂ ਉਸ ਮਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ? ਪਤਾ ਨਹੀਂ ਮੈਨੂੰ ਉਹਨਾਂ ਨੇ ਕੀ ਹੋਇਆ ਕੀ ਨਹੀਂ ਹੋਇਆ, ਆਖਿਰ ਉਸ ਬਰਦਰ ਦੇ ਵਿੱਚ ਕੀ ਦਿਖਿਆ, ਆਈ ਸੇ ਦੈਟ ਮੈਂ ਖੁੱਲ੍ਹੇਆਮ ਕਹਿੰਦਾ ਵਾਂ ਕਿ ਉਸ ਦੇ ਵਿੱਚ ਕੀ ਦਿਖਿਆ ਜੋ ਸਗੀ ਭੂਆ ਦਾ ਬੇਟਾ ਲੱਗਦਾ ਆ। ਮੈਂ ਚੀਕ ਕੇ ਕਹਿੰਦਾ ਵਾਂ ਉਸ ਬੇਟੇ ਨੇ ਆਖਿਰ ਆਪਣੀ ਭੈਣ ਦੇ ਵਿੱਚ ਇਹ ਨਹੀਂ ਦੇਖਿਆ ਕਿ ਹਾਂ ਮੇਰੀ ਸਿਸਟਰ ਲੱਗਦੀ ਹੈ ਅਤੇ ਮੈਂ ਤੁਹਾਨੂੰ ਮੈਰਿਜ ਕਰਾ ਰਿਹਾ ਵਾਂ ਜਾਂ ਨਜਾਇਜ਼ ਸੰਮਤ ਬਣਾ ਰਿਹਾ ਵਾਂ, ਕਿਉਂ ਬਣਾ ਰਿਹਾ ਵਾਂ? ਜੀ ਤੁਸੀਂ ਇੱਥੇ ਇਲਜ਼ਾਮ ਲਗਾ ਰਹੇ ਹੋ ਆਪਣੀ ਵਾਈਫ ਦੇ ਕਿ ਉਸਦੇ ਬ੍ਰਦਰ ਦੇ ਨਾਲ ਨਜਾਇਜ਼ ਸੰਬੰਧ ਨੇ। ਉਹਦਾ ਬ੍ਰਦਰ ਹੈ, ਰੀਅਲ ਬੂਆ ਦਾ ਬੇਟਾ ਆ, ਆਈ ਵਿਲ ਸਵੇਅਰ, ਮੈਂ ਸੱਚ ਕਹਿ ਰਿਹਾ ਵਾਂ, ਮੇਰੇ ਕੋਲ ਪਿਕਸ ਵੀ ਪਈਆਂ ਨੇ, ਮੈਂ ਸਭ ਕੁਝ ਦਿਖਾ ਸਕਦਾ ਵਾਂ ਕਿ ਭੈਣ ਭਰਾ ਦਾ ਰਿਸ਼ਤਾ ਇਹੀ ਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਇੱਕ ਇਨਸਾਨ ਵਿਸ਼ਵਾਸ ਕਰਦਾ ਹੈ ਕਿ ਚਲੋ ਇਹ ਬ੍ਰਦਰ ਹੈ, ਘਰੇ ਆ ਰਿਹਾ ਵਾ, ਜਾ ਰਿਹਾ ਵਾ, ਮੇਰੀ ਜਗ੍ਹਾ ਕੋਈ ਵੀ ਹੋਏਗਾ ਫਰੈਂਡਸ, ਕੀ ਤੁਸੀਂ ਕੀ ਕਰ ਸਕਦੇ ਹੋ? ਇਹੀ ਕਹੋਗੇ ਯਾਰ ਜਸਟ ਲਾਈਕ ਅ ਫਰੈਂਡ? ਨਹੀਂ, ਤੁਹਾਨੂੰ ਇਸ ਬਾਰੇ ਕਿਸ ਤਰ੍ਹਾਂ ਪਤਾ ਲੱਗਦਾ ਕਿ ਤੁਹਾਡੀ ਵਾਈਫ ਦੇ ਕਿਸੇ ਹੋਰ ਦੇ ਨਾਲ ਜਾਂ ਉਸਦੇ ਹੀ ਭਰਾ ਦੇ ਨਾਲ ਨਾਜਾਇਜ਼ ਸੰਬੰਧ ਨੇ? ਮੇਰੇ ਫਾਦਰ ਇਨ ਲਾਅ, ਫਸਟ ਆਊਟ ਆਫ ਆਲ ਤੋਂ ਮੁਝੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹਨਾਂ ਦੇ ਰਿਲੇਸ਼ਨਸ ਦੇ ਵਿੱਚੋਂ ਕੁਛ ਉਹਨਾਂ ਨੇ ਦੱਸਿਆ, ਬਟ ਮੈਂ ਬਿਲੀਵ ਨਹੀਂ ਕੀਤਾ ਕਿਉਂਕਿ ਮੈਂ ਨਹੀਂ ਦੇਖਿਆ ਸੀ। ਇੱਕ ਪਿਤਾ ਹੀ ਆਪਣੀ ਧੀ ਬਾਰੇ ਅਜਿਹੀ ਬਿਆਨਬਾਜ਼ੀ ਕਿਉਂ ਕਰੇਗਾ ਜਦਕਿ ਉਹਨੂੰ ਪਤਾ ਹੈ ਕਿ ਮੇਰੀ ਕੁੜੀ ਦਾ ਘਰ ਖਰਾਬ ਹੋ ਜਾਏਗਾ? ਇੱਕ ਪਿਤਾ ਹੀ ਕਿਉਂ ਦੱਸੇਗਾ ਤੁਹਾਨੂੰ ਇਸ ਬਾਰੇ? ਫਿਰ ਵੀ ਮੈਡਮ, ਹਾਂ ਪਿਤਾ ਨੇ ਮੈਨੂੰ ਇਹ ਕਿਹਾ ਕਿ ਵੀ ਸੰਭਾਲ ਸਕਦਾ ਹੈ ਤਾਂ ਸੰਭਾਲ ਲਾ, ਬਟ ਮੈਂ ਕਿਹਾ ਪਾਪਾ ਮੈਂ ਕੁਛ ਦੇਖਿਆ ਨਹੀਂ ਹੈ, ਵੀ ਜਦ ਮੈਂ ਦੇਖਾਂਗਾ ਫਿਰ ਹੀ ਕੁਛ ਕਰ ਸਕਦਾ ਵਾਂ, ਅਦਰਵਾਈਜ਼ ਪਾਪਾ ਹੋ ਸਕਦਾ ਵਾ ਕਿ ਉੱਠੇ ਬੈਠੇ ਤੁਸੀਂ ਦੇਖ ਲਿਆ ਹੋਵੇ। ਅੱਜ ਕੱਲ੍ਹ ਐਕਚੁਅਲੀ ਬ੍ਰਦਰ ਸਿਸਟਰ ਹੱਕ ਕਰਦੇ ਆ, ਮਿਲਦੇ ਆ,
एक प्यार अलग अलग हुंदा, ब्रदर सिस्टर का हुंदा, माँ बाप का हुंदा, हर एक का हुंदा वा। बट मेरे सौर ने फिर भी कहा कि नहीं बेटा तू अपना ध्यान दे, जो भी है मैं तैनू कहना सी कहता। बट मैडम मैं कुछ दिन वास्ते यूपी चला गया अपनी बच्ची लैके, फिर इन्हों जब मैं जोर पाया कि प्लीज़ तू सुधर जा, ये ठीक नहीं हो रहा वा। मैं शरेआम कहा इन्हों समझाने वास्ते अपना ताजपुर रोड के रेस्टोरेंट से भी लैके गया इन्हों समझाने वास्ते कि पापा इदा इदा कह रहे हैं, ये ठीक नहीं है कि ये सच है। पर इन्होंने मैंने कहा नहीं बाऊ जी इदा कुछ भी है नहीं, मैं बिलीव कर लिया इन्हें कि चलो मेरी वाइफ आ, आई बिलीव दैन। बट मैडम ਤੁਹਾਡੇ ਵੱਲੋਂ ਇਲਜ਼ਾਮ ਹੈ ਜਿਹੜੇ ਕਿ ਲਗਾਤਾਰ ਲਗਾਏ ਜਾ ਰਹੇ ਆਪਣੀ ਹੀ ਵਾਈਫ 'ਤੇ ਅਤੇ ਉਸਦੇ ਬ੍ਰਦਰ ਅਤੇ ਉਸਦੇ ਭੂਆ ਦੇ ਲੜਕੇ 'ਤੇ ਕਿ ਉਹਨਾਂ ਦੇ ਨਜਾਇਜ਼ ਸੰਬੰਧ ਨੇ, ਉਹਨਾਂ ਨੇ ਧੋਖਾ ਦਿੱਤਾ। ਫਿਰ ਖੁਲਾਸਾ ਕਦੋਂ ਹੁੰਦਾ ਇਸ ਗੱਲ ਦਾ, ਕਦੋਂ ਪਤਾ ਲੱਗਦਾ ਕਿ ਮਤਲਬ ਜੋ ਤੁਸੀਂ ਸੋਚ ਰਹੇ ਸੀ ਜਾਂ ਜੋ ਤੁਹਾਡੇ ਫਾਦਰ ਇਨ ਲਾਅ ਕਹਿ ਰਹੇ ਸੀ ਉਹ ਸੱਚ ਹੈ? ਮੈਡਮ ਇਹ ਖੁਲਾਸਾ ਉਦੋਂ ਹੋਇਆ ਜਦੋਂ ਮੇਰੀ ਬੱਚੀ ਸਕੂਲ ਤੋਂ ਆਉਂਦੀ ਸੀ ਥੱਪੜ ਮਾਰ ਕੇ ਉਹਨੂੰ ਬਾਹਰ ਕੱਢ ਦਿੰਦੀ ਸੀਗੀ। ਉਦੋਂ ਮੇਰੀ ਬੇਟੀ ਨੇ ਦੱਸਿਆ ਪਾਪਾ ਇਹ ਮੈਨੂੰ ਥੱਪੜ ਮਾਰ ਕੇ ਬਾਹਰ ਕੱਢ ਦਿੰਦੀ ਹੈ। ਫਿਰ ਮੈਡਮ ਮੈਨੂੰ ਵਿਸ਼ਵਾਸ ਹੋ ਗਿਆ ਕਿ ਨਹੀਂ ਇਹ ਸੱਚ ਆ, ਮੇਰੇ ਸਹੁਰੇ ਲਈ ਸਹੀ ਕਿਹਾ ਸੀ ਇਹ ਟ੍ਰੋਲ। ਮੇਰੇ ਸਹੁਰੇ ਵੀ ਦੁਨੀਆਂ 'ਚ ਨਹੀਂ ਰਹੇ, ਕਿੱਦਾਂ ਮਰੇ ਉਹ? ਮੈਨੂੰ ਸਵਾਲ ਚਾਹੀਦੇ ਆ ਇਸ ਪੰਜਾਬ ਗੌਰਮੈਂਟ ਤੋਂ, ਪੁੱਛਦਾ ਮੈਂ ਵੀ ਸਹੁਰਾ ਮੇਰਾ ਕਿੱਦਾਂ ਮਰ ਗਿਆ, ਕਿੱਦਾਂ ਪੂਰੇ ਹੋ ਗਏ, ਚੰਗੇ ਭਲੇ ਸੀਗੇ ਕਿੱਦਾਂ ਮਰ ਗਏ ਬਈ? ਕਿਉਂ ਮੇਰਾ ਸਾਥ ਦੇ ਰਹੇ ਤਾਂ ਕਰਕੇ? ਕੀ ਹੋਇਆ ਕੀ ਸੀ ਉਹਨਾਂ ਨੂੰ? ਕੁਛ ਵੀ ਨਹੀਂ ਮੈਡਮ, ਫਾਈਨ ਸੀਗੇ ਉਹ, ਬਿਲਕੁਲ ਓਕੇ ਸੀਗੇ। ਅੱਜ ਤੋਂ 2006 ਦੇ ਵਿੱਚ ਜਦੋਂ ਗੀਤਾ ਨੇ ਉਹਨਾਂ ਨੂੰ ਛੱਡਿਆ ਸੀਗਾ ਉਦੋਂ ਮੈਂ ਸਾਥ ਦਿੱਤਾ ਸੀਗਾ ਇਹਨਾਂ ਦਾ। ਉਦੋਂ ਮੈਂ ਆਪਣੀ ਪੂਰੀ ਕਮਾਈ ਲਾ ਦਿੱਤੀ 10 ਸਾਲ ਦੀ ਇਹਨਾਂ ਮਗਰ। ਮੈਡਮ ਫਿਰ ਵੀ ਇਹਨਾਂ ਨੇ ਕੀ ਕੀਤਾ, ਅੱਜ ਉਹ ਇਕੱਲਾ ਪੈ ਗਿਆ ਵਿਚਾਰਾ, ਕੱਲ੍ਹ ਵੀ ਇਕੱਲਾ ਅੱਜ ਵੀ ਇਕੱਲਾ। ਆਖਿਰ ਕੀ ਕੀਤਾ ਸੱਨੀ ਨੇ? ਆਪਣਾ ਬਾਪ ਨਹੀਂ ਦੇਖਿਆ ਹੈ? ਕੀ ਆਪਣਾ ਬਾਪ ਨਹੀਂ ਦੇਖਿਆ, ਆਪਣੀ ਬੇਟੀ ਨਹੀਂ ਦੇਖੀ, ਸਿਰਫ ਉਹਨੂੰ ਬ੍ਰਦਰ ਯਾਦ ਆਇਆ? ਸੋ ਤੁਹਾਡੀ ਬੇਟੀ ਨੇ ਤੁਹਾਨੂੰ ਕੀ ਦੱਸਿਆ ਕਿ ਪਾਪਾ ਜਦੋਂ ਮੈਂ ਸਕੂਲ ਤੋਂ ਆਉਂਦੀ ਹਾਂ ਮੈਨੂੰ ਚਪੇੜਾ ਮਾਰ ਕੇ ਮੇਰੀ ਮੰਮੀ ਬਾਹਰ ਕੱਢ ਦਿੰਦੇ ਨੇ, ਅਤੇ ਉਸ ਤੋਂ ਬਾਅਦ ਹੋਰ ਕੀ ਦੱਸਿਆ ਬੇਟੀ? ਬੇਟੀ ਨੇ ਕਿਹਾ ਮੈਂ ਮੰਨਿਆ ਨਹੀਂ, ਪਰ ਮੇਰੀ ਬੇਟੀ ਨੇ ਕੁਛ ਉਹਦੇ ਨੂੰ ਮੈਂ ਫੋਨ ਦਿੱਤਾ ਇੱਕ ਦਿਨ, ਮੈਂ ਪਿੰਡ ਲੈ ਕੇ ਬੇਟੀ ਚਲਾ ਗਿਆ। ਮੈਂ ਕਿਹਾ ਚਲੋ ਇਹ ਸੁਧਰ ਜੂਗੀ, ਸਮਝ ਜੂਗੀ, ਆਪਣੇ ਆਪ ਥੋੜ੍ਹਾ ਅੰਡਰਸਟੈਂਡਿੰਗ ਕਰੂਗੀ ਕਿ ਵੀ ਇਹ ਵਾਪਸ ਮੁੜ ਜਾਵੇ, ਸ਼ਾਇਦ ਸਮਝ ਜਾਵੇ। ਬਟ ਨੋਟ ਐਟ ਆਲ, ਇਹਨੂੰ ਸਮਝ ਨਹੀਂ ਆਈ। ਆਫਟਰ ਐਟ ਆਲ ਮੈਨੂੰ ਕੁਛ ਦਿਨ ਬਾਅਦ ਫੋਨ ਆਉਂਦਾ ਹੈ ਦੀ ਵਾਈਫ ਦਾ, ਜੋ ਕਿ ਉਹਨਾਂ ਦਾ ਨਾਮ ਹੈ ਕੌਰ ਫਰੋਮ ਲਾਧੋਪੁਰ। ਸੋਨੀਆ ਤੁਹਾਡੀ ਵਾਈਫ ਦਾ ਨਾਮ ਹੈ, ਮੋਨੂ ਉਸ ਲੜਕੇ ਦਾ ਨਾਮ ਹੈ, ਉਹਨਾਂ ਦਾ ਜੋ ਬ੍ਰਦਰ ਹੈ ਜਿਸ ਦੇ ਨਾਲ ਤੁਸੀਂ ਨਜਾਇਜ਼ ਸੰਬੰਧ ਹੋਣ ਦੀ ਗੱਲ ਆਖ ਰਹੇ ਹੋ, ਤੇ ਉਸ ਦੀ ਵੀ ਵਾਈਫ ਹੈ, ਉਸਦਾ ਵੀ ਵਿਆਹ ਹੋਇਆ ਹੋਇਆ? ਯੈਸ ਮੈਮ, ਉਹਦਾ ਵੀ ਵਿਆਹ ਹੋਇਆ ਹੋਇਆ ਵਾ, ਉਹਦੇ ਵੀ ਦੋ ਬੱਚੇ ਆ, ਸਨਮ ਐਂਡ ਅਰਮਾਨ, ਟੂ ਬੇਬੀ ਸਨਮ ਐਂਡ 1 10 ਈਅਰਸ ਐਂਡ ਸੈਕਿੰਡ ਆਈ ਥਿੰਕ 7 ਈਅਰਸ। ਉਹਨਾਂ ਦੀ ਵੀ ਲਾਈਫ ਸਪੋਇਲ ਹੋ ਰਹੀ ਆ, ਇੱਕ ਦੇ ਹੱਥੋਂ ਪਿਓ ਦਾ ਸਿਰ ਹੱਟ ਗਿਆ, ਦੂਜੇ ਮੇਰੀ ਧੀ ਕੋਲੋਂ ਮਾਂ ਦਾ ਸਿਰ ਹੱਟ ਗਿਆ। ਆਖਿਰ ਇਹਨਾਂ ਦੋਨਾਂ ਨੂੰ ਕੀ ਮਿਲਿਆ? ਮੈਂ ਪੁੱਛਦਾ ਪੰਜਾਬ ਗੌਰਮੈਂਟ ਤੋਂ, ਇਹਨਾਂ ਦੋਨਾਂ ਨੂੰ ਕੀ ਮਿਲਿਆ? ਆਖਿਰ ਕਦ ਤੱਕ ਇਹ ਚੱਲੇਗਾ ਕਿ ਵੀ ਇੱਕ ਔਰਤ ਆਪਣੇ ਔਰਤ ਹੋਣ ਦਾ ਫਾਇਦਾ ਚੱਕੇਗੀ, ਅਤੇ ਸ਼ਰੇਆਮ ਇਹ ਰਿਸ਼ਤੇ ਤਾਰ ਤਾਰ ਹੁੰਦੇ ਰਹਿਣਗੇ? ਮੈਨੂੰ ਸਮਝਾਓ ਅਤੇ ਮੈਨੂੰ ਦੱਸੋ ਜੇ ਮੈਂ ਗਲਤ ਹਾਂ। ਆਈ ਵਿਲ ਐਗਰੀ ਆਲ ਦਾ ਪੀਪਲਸ, ਜੋ ਮੈਂ ਗਲਤ ਹਾਂ ਤਾਂ ਮੈਂ ਸ਼ਰਮ। ਮੈਂ ਇਹ ਪੁੱਛਣਾ ਚਾਹਾਂਗੀ, ਤੁਹਾਡੀ ਬੇਟੀ ਤੁਹਾਨੂੰ ਦੱਸਦੀ ਹੈ ਤੁਸੀਂ ਇੱਕ ਫੋਨ ਦੀ ਗੱਲ ਕਰ ਰਹੇ ਹੋ ਕਿ ਫੋਨ ਫੜਿਆ ਜਾਂਦਾ, ਕੀ ਫੋਨ ਦੇ ਵਿੱਚੋਂ ਤੁਹਾਨੂੰ ਮਿਲਦਾ? ਮੈਡਮ ਮੈਂ ਫੋਨ ਲੈਂਦਾ ਵਾਂ ਇਹਨਾਂ ਤੋਂ, ਬਈ ਫੋਨ ਮੈਂ ਲੈ ਲੈਂਦਾ ਵਾਂ, ਉਹਦੇ ਵਿੱਚ ਸਾਰੀ ਫੋਟੋ ਡਿਲੀਟ ਹੋ ਜਾਂਦੀਆਂ ਨੇ, ਕੁਛ ਵੀ ਨਹੀਂ ਹੁੰਦਾ ਉਹਦੇ ਵਿੱਚੋਂ। ਐਕਚੁਅਲੀ ਮੈਂ ਇੱਕ ਦਿਨ, ਮੇਰੀ ਬੇਟੀ ਕਹਿੰਦੀ ਹੈ ਪਾਪਾ ਇਹ ਫੋਨ ਮੰਮਾ ਦਾ ਆ, ਮੈਂ ਕਿਹਾ ਹਾਂ ਬੇਟਾ ਇਹ ਫੋਨ ਮੰਮਾ ਦਾ। ਕਹਿੰਦੀ ਪਾਪਾ 'ਚ ਫੋਟੋ ਹੋਣਗੀਆਂ, ਅਤੇ ਮੈਂ ਕਿਹਾ ਬੇਟਾ 'ਚ ਕੁਛ ਵੀ ਹੈ ਨਹੀਂ। ਪਰ ਮੈਡਮ ਪਤਾ ਨਹੀਂ ਉਹ ਕੈਸਾ ਐਪ ਲੋਡ ਕਰਦੀ ਹੈ ਜਾਂ ਕੀ ਕਰਦੀ ਹੈ ਜਿਹਦੇ ਵਿੱਚ ਮੈਡਮ ਸਾਰੀ ਫੋਟੋਜ਼ ਰੀਕਵਰ ਹੋ ਜਾਂਦੀਆਂ ਨੇ। ਫਿਰ ਉੱਥੋਂ ਮੈਂ ਦੇਖ ਕੇ ਮੈਡਮ ਇੱਕਦਮ ਉਹ ਹੋ ਜਾਂਦਾ ਵਾਂ, ਜਿਹਦੇ ਕਰਕੇ ਮੈਡਮ ਮੈਂ ਸ਼ੌਕ ਡਿਪਰੈਸ਼ਨ 'ਤੇ ਆ ਕੇ। ਕਿਸ ਤਰ੍ਹਾਂ ਦੀਆਂ ਫੋਟੋਜ਼ ਦੀ ਗੱਲ ਕਰ ਰਹੇ ਹੋ ਕਿ ਤੁਹਾਡੇ ਕੋਲ ਕੋਈ ਫੋਟੋ ਪਰੂਫ ਦੇ ਵਿੱਚ ਹੈਗੀ ਹੈ? ਕਿਸ ਤਰ੍ਹਾਂ ਦਾ ਪਰੂਫ ਤੁਸੀਂ ਪੇਸ਼ ਕਰ ਸਕਦੇ ਹੋ ਸਾਹਮਣੇ ਕਿ ਜਿਹੜੇ ਤੁਸੀਂ ਐਲੀਗੇਸ਼ਨ ਜਿਹੜੇ ਕਿ ਤੁਸੀਂ ਇਲਜ਼ਾਮ ਉਹਨਾਂ 'ਤੇ ਲਗਾ ਰਹੇ ਹੋ ਸੱਚ ਨੇ? ਯੈਸ ਮੈਮ, ਮੇਰੇ ਕੋਲ ਪਰੂਫ ਹੈ, ਆਈ ਵਿਲ ਸ਼ੋਅ ਯੂ, ਮੈਂ ਦਿਖਾ ਸਕਦਾ ਮੇਰੇ ਫੋਨ ਦੇ ਵਿੱਚ ਨੇ। ਸੀ ਦਿਸ ਮੈਮ, ਮੈਂ ਹੁਣੀ ਸ਼ੋਅ ਕਰ ਦਿੰਦਾ ਵਾਂ ਬਈ ਇਹ ਰਿਸ਼ਤਾ ਕੀ ਭੈਣ ਭਰਾ ਦਾ, ਵੀ ਕਿਹੜੇ ਭੈਣ ਭਰਾ ਨੇ ਜਿਹੜੇ ਕਿ ਇਸ ਬੇਸ 'ਤੇ ਇੱਕ ਰੂਮ ਦੇ ਵਿੱਚ ਮਿਲਦੇ ਨੇ ਜਾਂ ਹੋਟਲਸ ਦੇ ਵਿੱਚ ਮਿਲਦੇ ਨੇ। ਲੁੱਕ ਦਿਸ, ਮੈਂ ਸ਼ਰੇਆਮ ਦਿਖਾ ਰਿਹਾ ਵਾਂ, ਦੈਟ ਦਿਸ ਸ਼ਰੇਆਮ ਦਿਖਾ ਰਿਹਾ ਵਾਂ, ਇਹ ਮੇਰੇ ਸਹੁਰੇ ਦੇ ਘਰ ਦੀ ਫੋਟੋਜ਼ ਨੇ। ਐਂਡ ਅਨਦਰ, ਇਹ ਫੋਟੋ ਦੇ ਵਿੱਚ ਤੁਹਾਡੀ ਪਤਨੀ ਹੈ ਅਤੇ ਦੂਸਰਾ ਉਸਦਾ ਬ੍ਰਦਰ ਮੋਨੂ ਹੈ ਜਿੱਥੇ ਤੁਸੀਂ ਇਲਜ਼ਾਮ ਲਗਾ ਰਹੇ ਹੋ, ਅਤੇ ਮੋਨੂ ਦੀ ਵਾਈਫ ਕੀ ਉਸਨੂੰ ਛੱਡ ਕੇ ਚਲੇ ਗਈ? ਯੈਸ, ਉਹ ਚੱਲ ਗਏ ਨੇ। ਉਹਨਾਂ ਦਾ ਕਹਿਣਾ ਇਹ ਕਿ ਮੈਂ ਇਹੋ ਜਿਹੇ ਇਨਸਾਨ ਨਾਲ ਰਹਿ ਗਏ ਕੀ ਕਰਨ, ਜਿਹੜੇ ਆਪਣੇ ਭੈਣ ਨਾਲ ਹੀ ਨਜਾਇਜ਼ ਸੰਬੰਧ ਬਣਾ ਕੇ ਬੈਠਾ ਹੋਇਆ ਵਾ।
ਮੈਂ ਉਹਨੂੰ ਜਦੋਂ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਕੋਈ ਕੰਪਲੇਂਟ ਕਰਵਾਉਂਦੇ ਹੋ ਪੁਲਿਸ ਦੇ ਕੋਲ ਜਾਂਦੇ ਹੋ, ਕਿਸ ਤਰ੍ਹਾਂ ਗੁਹਾਰ ਲਗਾਈ ਜਾਂਦੀ ਪ੍ਰਸ਼ਾਸਨ ਤੋਂ ਕੋਈ ਇਨਸਾਫ ਦਿੱਤਾ ਜਾਵੇ? ਮੈਂ ਗੁਹਾਰ ਲਾਈ ਸੀ ਮੈਡਮ, ਬਟ ਇਹਨਾਂ ਦੀ ਮੰਮੀ ਤਾਂ ਆਉਂਦੀ ਆ, ਕੁਛ ਪ੍ਰੈਸ ਵਾਲੇ ਲੈ ਕੇ ਆ ਜਾਂਦੀ ਆ, ਕਦੀ ਕੁਛ ਹੁੰਦਾ ਵਾ, ਬਟ ਇਹ ਕਹਿੰਦੇ ਆ ਕਿ ਬਈ ਲੇਡੀਜ਼ ਆ ਮੈਂ, ਜੋ ਮਰਜ਼ੀ ਮੈਂ ਕਰ ਸਕਦੀ ਹਾਂ। ਅਤੇ ਸਰਾਪ ਨਗਰ ਥਾਣੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਗਿਆ, 51 ਮਿੰਟ ਲਾਇਆ ਗਿਆ, ਮੈਂ ਆਪਣੀ ਮਾਸੂਮ ਜੀ ਬੱਚੀ ਲੈ ਕੇ ਥਾਣੇ ਕਚਹਿਰੀ ਦੌੜਦਾ ਰਿਹਾ। ਮੈਡਮ ਆਖਿਰ ਕਸੂਰ ਕੀ ਸੀ ਮੇਰਾ, ਇਹ ਦੱਸੋ। ਮੈਂ ਇਹੀ ਕਹਿ ਰਿਹਾ ਸੀ ਨਾ ਕਿ ਵੀ ਭੈਣ ਭਰਾ ਦਾ ਰਿਸ਼ਤਾ ਗਲਤ ਨਾ ਕਰੋ, ਬਸ ਮੈਂ ਇਹੀ ਕਹਿ ਰਿਹਾ ਸੀ ਇਹਨਾਂ ਨੂੰ ਕਿ ਬ੍ਰਦਰ ਐਂਡ ਸਿਸਟਰ ਦਾ ਰਿਸ਼ਤਾ ਗੰਦਾ ਨਾ ਕਰੋ, ਬੱਚੇ ਬਰਬਾਦ ਨਾ ਕਰੋ। ਚਲੋ ਗਲਤੀ ਹਰ ਇਨਸਾਨ ਤੋਂ ਹੁੰਦੀ ਹੈ, ਮੈਂ ਹਜੇ ਵੀ ਮੌਕਾ ਦੇਣਾ ਚਾਹੁੰਦਾ ਹਾਂ ਇਹਨਾਂ ਨੂੰ ਕਿ ਆਪਣੇ ਆਪਣੇ ਬੱਚੇ ਸਾਂਭ ਲਓ, ਚੁੱਪ ਚਾਪ ਆਪਣੇ ਘਰ ਆ ਜਾਓ, ਨਹੀਂ ਤਾਂ ਹਲੇ ਮੈਂ ਇੱਥੇ ਤੱਕ ਪਹੁੰਚਿਆ ਵਾਂ, ਗਾਹਾਂ ਮੈਂ ਹੋਰ ਅੱਗੇ ਜਾਵਾਂਗਾ। ਦੈਟਸ ਮਾਈ ਫਾਈਨਲ ਰਿਜ਼ਲਟ। ਮਿਸ ਗੁਰਾਲ, ਯੂ ਸੀ ਮੀ ਐਂਡ ਯੂ ਲਿਸਨ ਥਿੰਗ, ਅਗਰ ਤੂੰ ਮੇਰੀ ਆਵਾਜ਼ ਸੁਣ ਰਹੀ ਹੋ ਤਾਂ ਧਿਆਨ ਸੇ ਸੁਣ ਲਓ ਮੇਰੀ ਬਾਤ ਕੋ, ਔਰ ਤੁਮ ਵੀ। ਮੈਂ ਯੂਪੀ ਕਾ ਭਈਆ ਸ਼ਰੇਆਮ ਕਹਿਣੇ ਵਾਲਾ ਹੂੰ, ਅਗਰ ਕਿਸੀ ਮੇਂ ਦਮ ਹੈ ਤੋ ਸ਼ਰੇਆਮ ਬੋਲ ਲੇ, ਭਾਈ ਬਹਿਣ ਕਾ ਰਿਸ਼ਤਾ ਗੰਦਾ ਮਤ ਕਰੋ। ਅਭੀ ਤੋ ਮੈਨੇ ਸਿਰਫ ਇੱਕ ਆਵਾਜ਼ ਉਠਾਈ ਹੈ, ਅਗਰ ਕਹੀਂ ਮੈਨੇ ਔਰ ਆਵਾਜ਼ ਉਠਾ ਦੀ ਤੋ ਤੁਮਹਾਰਾ ਵੋ ਹਾਲ ਕਰੂੰਗਾ, ਘਰ ਸੇ ਘਸੀਟੂੰਗਾ ਬਟਾਲੇ ਸੇ। ਸ਼ਰੇਆਮ ਕਹਿ ਰਹੇ ਹੋ ਮੈਡਮ, ਮੇਰੇ ਗੁੱਸਾ ਬੁਰਾ ਮਤ ਮਾਨੀਏਗਾ, ਜੋ ਕਹਿਣਾ ਮੈਂ ਸ਼ਰੇਆਮ ਕਹੂੰਗਾ। ਤੁਸੀਂ ਕਹਿ ਰਹੇ ਹੋ ਕਿ ਉਹ ਬਟਾਲੇ ਰਹਿ ਰਹੀ ਹੈ, ਇਸ ਵਕਤ ਤੁਹਾਡੀ ਵਾਈਫ ਕਿਸ ਦੇ ਨਾਲ ਬਟਾਲੇ ਰਹਿ ਰਹੀ ਹੈ? ਆਪਣੇ ਵੀਰ ਨਾਲ ਰਹਿ ਰਹੀ ਹੈ, ਸ਼ਰੇਆਮ ਨਾਲ ਵਿਆਹ ਕਰਾ ਕੇ ਰਹਿ ਰਹੀ ਹੈ। ਕੀ ਰਿਸ਼ਤਾ ਜਾਇਜ਼ ਭੈਣ ਭਰਾ ਦਾ ਵਿਆਹ ਕਿੱਥੇ ਹੁੰਦਾ ਮੈਨੂੰ ਦੱਸ ਦਿਓ, ਕਿੱਥੇ ਵਿਆਹ ਕਰਵਾਇਆ? ਕੋਈ ਪ੍ਰੂਫ ਹੈਗਾ ਵਿਆਹ ਕਰਵਾਉਣ ਦਾ? ਵਿਆਹ ਨਹੀਂ ਕਰਾ ਤਾਂ ਕਰਵਾ ਚੌਥ ਕਿੱਥੋਂ ਮਨਾ ਰਹੇ ਆ ਇਹ? ਇਹ ਨਹੀਂ ਮੈਨੂੰ ਪਤਾ ਵਿਆਹ ਕਿਸ ਇਨਸਾਨ ਨੇ ਕਰਾਇਆ, ਕਿਉਂ ਇਨਸਾਨ ਨੂੰ ਇਹ ਨਹੀਂ ਪਤਾ ਸੀ ਕਿ ਇਹ ਭੈਣ ਭਰਾ ਲੱਗਦੇ ਆ? ਕਿਹਨਾਂ ਨੇ ਵਿਆਹ ਕਰਾਇਆ ਇਹਨਾਂ ਦਾ? ਕੀ ਪੰਜਾਬ ਨੇ ਡਿੱਗ ਚੁੱਕਾ ਵਾ ਕਿ ਵੀ ਭੈਣ ਭਰਾ ਦਾ ਰਿਸ਼ਤਾ ਨਹੀਂ ਪਤਾ ਇਹਨਾਂ ਨੂੰ? ਸੋ ਇੱਕ ਇਨਸਾਨ ਹੈ ਜਿਸ ਦੀ ਆਵਾਜ਼ ਅੱਜ ਅਸੀਂ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ, ਇਸ ਵੱਲੋਂ ਆਪਣੀ ਹੀ ਪਤਨੀ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਇਲਜ਼ਾਮ ਇਹ ਨੇ ਕਿ ਉਸਨੇ ਆਪਣੇ ਹੀ ਇੱਕ ਬ੍ਰਦਰ ਦੇ ਨਾਲ, ਭੂਆ ਦੇ ਲੜਕੇ ਦੇ ਨਾਲ ਨਜਾਇਜ਼ ਸੰਬੰਧ ਬਣਾਏ, ਇਸ ਦੇ ਨਾਲ ਉਸਨੇ ਆਪਣੀ ਸੱਸ 'ਤੇ ਵੀ ਇਲਜ਼ਾਮ ਲਗਾਏ ਨੇ। ਪਰ ਇਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਫਾਦਰ ਇਨ ਲਾਅ ਯਾਨੀ ਕਿ ਸਹੁਰਾ ਸਾਹਿਬ ਵੱਲੋਂ ਸਾਰੀ ਸੱਚਾਈ ਜਿਹੜੀ ਕਿ ਇਹਨਾਂ ਨੂੰ ਦੱਸੀ ਗਈ। ਪਰੂਫਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਤਰ੍ਹਾਂ ਦੇ ਪਰੂਫ ਕਹਿ ਰਹੇ ਨੇ ਕਿ ਮੇਰੇ ਮੋਬਾਈਲ ਦੇ ਵਿੱਚ ਕੈਦ ਨੇ। ਪੁਲਿਸ ਦੀ ਵੀ ਗੱਲ ਕੀਤੀ ਕਿ ਤੁਸੀਂ ਪ੍ਰਸ਼ਾਸਨ ਦੇ ਕੋਲ ਗਏ, ਕਿਸੇ ਤਰ੍ਹਾਂ ਦੀ ਇਨਸਾਫ਼ ਦੀ ਗੁਹਾਰ ਲਗਾਈ, ਤਾਂ ਇਹਨਾਂ ਨੇ ਕਿਹਾ ਮੈਂ ਪ੍ਰਸ਼ਾਸਨ ਦਾ ਵੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਲਟਾ ਮੈਨੂੰ ਹੀ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਡਰਾਇਆ ਧਮਕਾਇਆ ਗਿਆ। ਸੋ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ, ਕਿਸ ਤਰ੍ਹਾਂ ਦਾ ਇਨਸਾਫ਼ ਚਾਹੀਦਾ ਤੁਹਾਨੂੰ, ਜੇਕਰ ਕੱਲ੍ਹ ਨੂੰ ਤੁਹਾਡੀ ਵਾਈਫ ਵਾਪਸ ਆ ਜਾਂਦੀ ਹੈ, ਕੀ ਰੱਖਣ ਨੂੰ ਤਿਆਰ ਹੋ ਤੁਸੀਂ? ਮੈਂ ਆਈ ਵੀ ਲੈਗ ਰਹੀ, ਮੈਂ ਹਮੇਸ਼ਾ ਤਿਆਰ ਹੋ ਰੱਖਣ ਨੂੰ, ਬਸ ਇਹ ਸੁਧਰ ਕੇ ਆਪਣੇ ਘਰੇ ਵਾਪਸ ਆ ਜਾਵੇ ਅਤੇ ਉਹਦੇ ਦੋ ਬੱਚੇ ਸਨਮ ਅਰਮਾਨ ਪ੍ਰੀਤ ਨੂੰ ਉਹ ਬੰਦਾ ਇੱਜ਼ਤ ਨਾਲ ਘਰੇ ਲੈ ਕੇ ਆ ਜਾਵੇ। ਉਹ ਵੀ ਕਿਸੇ ਘਰ ਦੀ ਧੀ ਆ, ਉਹ ਵੀ ਕਿਸੇ ਘਰ ਦੀ ਬੇਟੀ ਆ, ਉਹ ਵੀ ਹਰ ਚੀਜ਼ ਆ, ਉਹਦੀ ਵੀ ਇੱਜ਼ਤ ਆ, ਮਾਨ ਸਨਮਾਨ ਹੈ। ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਹਰ ਇੱਕ ਧੀ ਧੀ ਹੁੰਦੀ ਆ? ਤੁਹਾਡੀ ਬੇਟੀ ਕਿੱਥੇ ਇਸ ਟਾਈਮ? ਮੇਰੀ ਬੇਟੀ ਮੇਰੇ ਕੋਲ ਆ, ਮੈਂ ਆਪਣੀ ਬੇਟੀ ਆਪਣੇ, ਮੈਡਮ ਮੈਂ ਆਪਣੀ ਬੇਟੀ ਇੱਥੇ ਕਿੱਦਾਂ ਰੱਖਾਂ? ਮੈਂ ਜੋਬ ਕਰਾਂ, ਇਹ ਬੇਟੀ ਹੀ ਸਾਂਭਾ ਮੈਡਮ, ਮੇਰੇ ਜੋਬ ਇੱਥੇ ਹੀ ਆ, ਨੀਅਰੈਸਟ ਬਾਏ ਇੱਥੇ ਵਿਵੇਕ ਨੈਟਵਰਕਸ ਮੇਰੇ ਖੁਦ ਦੇ ਨਾਮ ਦੀ ਚੱਲ ਰਹੀ ਆ, ਜੋ ਕਿ ਮੇਰੇ ਨਾਲ ਟਰੱਸਟ ਕਰਦੇ ਆ ਮਾਲਕ ਮੇਰੇ 'ਤੇ। ਜੀ, ਅਤੇ ਮੈਂ ਪੁੱਛਣਾ ਚਾਹਾਂਗੀ ਕਿ ਬੇਟੀ ਇਸ ਟਾਈਮ ਕਿੱਥੇ, ਜਿਸਨੇ ਸਭ ਕੁਛ ਦੇਖਿਆ ਉਹ ਕਿੱਥੇ? ਮੇਰੀ ਬੇਟੀ ਇਸ ਟਾਈਮ ਮੇਰੇ ਪਿੰਡ ਆ ਇਲਾਹਾਬਾਦ, ਜੋ ਸਟੱਡੀ ਕਰੀ 4th ਵਿੱਚ। ਉਹਦਾ ਕਹਿਣਾ ਇਹ ਹੈ, ਪਾਪਾ ਮੰਮਾ ਵਾਪਸ ਆ ਜੂਗੀ, ਛੱਡ ਦੂ, ਆਪਣੇ ਆਪ ਸੁਧਰ ਜੂਗੀ। ਪਰ ਮੈਨੂੰ ਨਹੀਂ ਲੱਗਦਾ ਕਿ ਸੁਧਰੂਗੀ, ਹਾਰ ਕੇ ਮੈਨੂੰ ਇਹ ਸਟੈਪ ਚੱਕਣਾ ਪੈ ਗਿਆ ਕਿ ਆਖਿਰ ਕਦ ਤੱਕ ਇਹ ਸਭ ਚੱਲੇਗਾ, ਕਦ ਤੱਕ ਇੱਦਾਂ ਚੱਲਦਾ ਰਹੇਗਾ ਪੰਜਾਬ ਦੇ ਵਿੱਚ ਕਿ ਵੀ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਵੀ ਉਹਦਾ ਨਜਾਇਜ਼ ਫਾਇਦਾ ਚੁੱਕੋਗੇ ਜਾਂ ਬੱਚੇ ਬਰਬਾਦ ਕਰੋਗੇ? ਅਗਰ ਜੇ ਵਿਆਹ ਕਰਾਉਣਾ ਹੀ ਸੀ ਤੁਸੀਂ ਤਾਂ ਪਹਿਲਾਂ ਕਰਾ ਲੈਂਦੇ, ਕੀ ਲੋੜ ਸੀ ਤਿੰਨ ਤਿੰਨ ਬੱਚਿਆਂ ਦੀ ਲਾਈਫ ਖਰਾਬ ਕਰਨ ਦੀ? ਦੈਟਸ ਕਲੀਅਰ। ਮੇਰਾ ਕਹਿਣਾ ਇਹ ਹੈ, ਮੈਂ ਤਾਂ ਹੁਣ ਵੀ ਕਹਿੰਦਾ ਵਾਂ ਕਿ ਜੇ ਮੁੜਨਾ ਚਾਹੁੰਦੇ ਹੋ ਤਾਂ ਤੂੰ ਵਾਪਸ ਆ ਜਾ, ਪਲੱਸ ਉਹਨੂੰ ਸਮਝਾ ਆਪਣੇ ਭਰਾ ਨੂੰ, ਜੋ ਤੇਰਾ ਵੀਰ ਲੱਗਦਾ ਉਹਨੂੰ ਕਹਿ ਆਪਣੇ ਬੱਚੇ ਇੱਜ਼ਤ ਨਾਲ ਵਾਪਸ ਲਿਆ, ਸਨਮ ਅਰਮਾਨ ਪ੍ਰੀਤ ਨੂੰ ਵਾਪਸ ਲਿਆ ਅਤੇ ਆਪਣੇ ਬੱਚੇ ਦੀ ਲਾਈਫ ਦੇਖ। ਬਾਰ ਬਾਰ ਜਿਹੜੇ ਕਿ ਨਾਮ ਵੀ ਇਸ ਵਿਅਕਤੀ ਵੱਲੋਂ ਲਏ ਜਾ ਰਹੇ ਨੇ, ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਲੜਕੀ ਦਾ ਜੋ ਯਾਨੀ ਕਿ ਇਹਨਾਂ ਦੀ ਵਾਈਫ ਦਾ ਜੋ ਬ੍ਰਦਰ ਲੱਗਦਾ ਕਿ ਉਸਦੀ ਵੀ ਇੱਕ ਫੈਮਲੀ ਹੈ, ਉਹ ਵੀ ਆਪਣੀ ਫੈਮਲੀ ਨੂੰ ਛੱਡ ਕੇ ਬਟਾਲੇ ਇਹਨਾਂ ਦੀ ਵਾਈਫ ਦੇ ਨਾਲ ਰਹਿ ਰਿਹਾ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਵਿਆਹ ਕਰਵਾਇਆ ਜਾਂ ਫਿਰ ਨਹੀਂ। ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਕੋਲ ਕੁਛ ਤਸਵੀਰਾਂ ਨੇ ਜੋ ਕਿ ਬਿਆਨ ਕਰਦੀਆਂ ਨੇ ਕਿ ਉਹਨਾਂ ਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ। ਵੇਖ ਜੀ, ਜੇਕਰ ਮੈਂ ਲਾਸਟ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ, ਤੁਹਾਡਾ ਕਿਸ ਤਰ੍ਹਾਂ ਦਾ ਤਲਾਕ ਤੁਹਾਡੀ ਵੋਟੀ ਦੇ ਨਾਲ ਹੋਇਆ ਜੇਕਰ ਉਹਨਾਂ ਨੇ ਦੂਸਰੀ ਮੈਰਿਜ ਕਰਵਾਈ? ਨਹੀਂ ਮੈਡਮ, ਮੇਰੇ ਨਾਲ ਕੋਈ ਤਲਾਕ ਨਹੀਂ ਹੋਇਆ। ਮੈਂ ਸ਼ਰਮ ਕਹਿੰਦਾ, ਮੈਂ ਕਿਤੇ ਕੋਰਟ 'ਤੇ ਨਹੀਂ ਗਿਆ, ਕੋਈ ਕੇਸ ਨਹੀਂ ਕੀਤਾ ਇਹਨਾਂ ਖਿਲਾਫ, ਮੈਂ ਕੁਛ ਨਹੀਂ ਕੀਤਾ। ਮੇਰੇ ਦਿਲੋਂ ਅਪੀਲ ਇਹੀ ਸੀ ਕਿ ਸ਼ਾਇਦ ਸੁਧਰ ਜਾਣ। ਮੈਂ ਕਿਤੇ ਕਾਨੂੰਨ ਕੋਲ ਨਹੀਂ ਗਿਆ, ਕਿਤੇ ਕੇਸ ਨਹੀਂ ਕੀਤਾ ਇਹਨਾਂ 'ਤੇ, ਕੁਛ ਨਹੀਂ ਕੀਤਾ। ਬਟ ਇਹ ਹੁਣ ਪਤਾ ਨਹੀਂ ਕਿੱਦਾਂ ਕਹਿੰਦੇ ਪਏ ਆ, ਵਨ ਸਾਈਡਡ ਹੈ ਜਾਂ ਕੀ ਹੈ, ਕੋਈ ਵੀ ਬਲੇਮ ਲਾਏ ਹੁਣ ਮੇਰੇ 'ਤੇ, ਇਹ ਨਹੀਂ ਮੈਂ ਕਹਿ ਸਕਦਾ। ਬਟ ਮੇਰੇ ਸਿਗਨੇਚਰ ਕੀਤੇ ਨਹੀਂ, ਮੈਂ ਇਹਨਾਂ ਨੂੰ ਤਲਾਕ ਨਾ ਦਿੱਤਾ ਵਾ, ਨਾ ਮੈਂ ਦਊਂਗਾ।
ਜ਼ਿਕਰੇ ਖਾਸ ਹੈ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਅਜਿਹੀਆਂ ਕਈ ਕਹਾਣੀਆਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਨੇ ਜਿੱਥੇ ਕਈ ਵਾਰ ਪਤੀ ਨਜਾਇਜ਼ ਸੰਬੰਧ ਬਣਾਉਂਦਾ ਹੈ ਤੇ ਕਈ ਵਾਰ ਪਤਨੀ ਅਜਿਹਾ ਕੰਮ ਕਰ ਦਿੰਦੀ ਹੈ ਤੇ ਇਹਨਾਂ ਦੇ ਚੱਲਦੇ ਕਈ ਬੱਚਿਆਂ ਦੀ ਲਾਈਫ ਖਰਾਬ ਹੁੰਦੀ ਹੈ ਤੇ ਕਈ ਪਰਿਵਾਰ ਹੈ ਜਿਹੜੇ ਕਿ ਖਰਾਬ ਹੁੰਦੇ ਨੇ ਸੋ ਆਖਿਰਕਾਰ ਵਿਵੇਕ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਇਹ ਵਿਅਕਤੀ ਵੱਲੋਂ ਸਹੀ ਗੁਹਾਰ ਲਗਾਈ ਜਾ ਰਹੀ ਹੈ ਇਸ ਵਿਅਕਤੀ ਦਾ ਇੰਨਾ ਹੀ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਕਾਫੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਔਰਤਾਂ ਉਹਨਾਂ ਸੁਵਿਧਾਵਾਂ ਦਾ ਨਜਾਇਜ਼ ਫਾਇਦਾ ਚੁੱਕਦੀਆਂ ਨੇ ਜੋ ਕਿ ਨਹੀਂ ਹੋਣਾ ਚਾਹੀਦਾ।